ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਸਟੱਡੀ ਸਰਕਲ ਦੀ ਇਸ ਵੀਡੀਓ 'ਚ ਬਹੁਤ ਬਹੁਤ ਸਵਾਗਤ ਹੈ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 2019 ਸ਼ੁਰੂ ਹੋ ਚੁੱਕਿਆ ਅਤੇ 2019 ਦੇ ਵਿੱਚ ਆਉਣ ਵਾਲੇ ਨੇ ਬਹੁਤ ਸਾਰੇ ਐਗਜ਼ਾਮਸ, ਬਹੁਤ ਸਾਰੇ ਪੇਪਰ ਜੋ ਕਿ ਤੁਸੀਂ ਸਾਰਿਆਂ ਨੇ ਦੇਣੇ ਨੇ, ਅਤੇ ਉਹਦੀ ਤਿਆਰੀ ਲਈ ਤੁਹਾਨੂੰ ਕੁਝ ਕਿਤਾਬਾਂ ਦੱਸਣ ਲੱਗੀਆਂ। ਜੋ ਵੀ ਕਿਤਾਬਾਂ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੱਸਾਂਗੇ, ਉਹ ਪਰਫੈਕਟਲੀ ਸਾਡੀ ਟੀਮ ਦੁਆਰਾ ਤਿਆਰ ਕੀਤੀਆਂ ਗਈਆਂ, ਚੂਜ਼ ਕੀਤੀਆਂ ਗਈਆਂ ਕਿਤਾਬਾਂ ਨੇ। ਅਤੇ 4 ਕਿਤਾਬਾਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੀ ਜੋ ਕਿ ਚਾਹੇ ਤੁਸੀਂ ਕੋਈ ਵੀ ਨੈਸ਼ਨਲ ਲੈਵਲ ਦਾ ਐਗਜ਼ਾਮ ਦੇਣਾ ਜਾਂ ਤੁਸੀਂ ਕੋਈ ਵੀ ਸਟੇਟ ਲੈਵਲ ਦਾ ਐਗਜ਼ਾਮ ਦੇਣਾ, ਤੁਹਾਨੂੰ ਜ਼ਰੂਰ ਖਰੀਦਣੀਆਂ ਚਾਹੀਦੀਆਂ ਨੇ। ਸੋ ਜੀ, ਇਸ ਦੇ ਨਾਲ ਹੀ ਜੇ ਤੁਸੀਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ, ਕਿਉਂਕਿ ਇੱਥੇ ਜਨਰਲ ਨੌਲੇਜ ਅਤੇ ਕਰੰਟ ਅਫੇਅਰਸ ਦੀ ਵੀਡੀਓ ਤੁਹਾਨੂੰ ਲਗਾਤਾਰ ਮਿਲਦੀ ਰਹਿਣੀ ਹੈ। ਸੋ ਸ਼ੁਰੂ ਕਰਦੇ ਹਾਂ ਜੀ। ਪਹਿਲੀ ਸਾਡੀ ਕਿਤਾਬ ਹੈ ਜੀ ਮਨੋਰਮਾ ਏਅਰਬੁੱਕ 2019। ਸੋ 2019 ਦੀ ਮਨੋਰਮਾ ਏਅਰਬੁੱਕ ਲਾਂਚ ਹੋ ਚੁੱਕੀ ਹੈ ਜੀ। ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਵੀ ਦੱਸਦਾ ਰਹਿੰਦਾ ਕਿ ਏਅਰਬੁੱਕ ਮਨੋਰਮਾ ਦੀ ਹੈ ਜਿਹੜੀ, ਇਹ ਸਾਰੇ ਸਾਲ ਦੇ ਕਰੰਟ ਅਫੇਅਰਸ ਕਵਰ ਕਰਦੀ ਹੈ, ਸਟੈਟਿਕ GK ਯਾਨੀ ਕਿ ਇੰਡੀਆ ਦੇ ਸਟੇਟਸ ਦੇ ਸਾਰੇ ਇੰਟਰਨੈਸ਼ਨਲ ਪਿਛਲੇ ਸਾਲ ਦੌਰਾਨ ਜਿਹੜੇ ਵੀ ਇਵੈਂਟ ਹੋਏ ਨੇ, ਕਰੰਟ ਇਵੈਂਟਸ ਨੇ, ਸਾਰੇ ਇਸ ਬੁੱਕ ਦੇ ਵਿੱਚ ਕਵਰ ਹੁੰਦੇ ਨੇ। ਇਸ ਤੋਂ ਇਲਾਵਾ ਸਾਰੇ ਸਾਲ ਦੇ ਅਵਾਰਡਸ, ਇੰਪੋਰਟੈਂਟ ਇਵੈਂਟ, ਯਾਨੀ ਕਿ ਕੁੱਲ ਮਿਲਾ ਕੇ ਦੋਸਤੋ ਜੋ ਵੀ ਇੰਡੀਆ ਦੇ ਵਿੱਚ ਜਾਂ ਸਟੇਟ ਲੈਵਲ 'ਤੇ ਆਪਣਾ ਐਗਜ਼ਾਮ ਹੁੰਦਾ ਉਹਦੇ ਵਿੱਚ ਜੋ ਵੀ ਸਵਾਲ ਤੁਸੀਂ ਸੋਚ ਸਕਦੇ ਹੋ, ਜੋ ਵੀ ਸਵਾਲ ਪੁੱਛੇ ਜਾਂਦੇ ਨੇ, ਉਹ ਮਨੋਰਮਾ ਏਅਰਬੁੱਕ ਦੇ ਵਿੱਚ ਕਵਰ ਕੀਤੇ ਜਾਂਦੇ ਨੇ। ਸੋ ਮੇਰੀ ਤੁਹਾਨੂੰ ਸਲਾਹ ਹੈ ਕਿ ਇਹ ਬੁੱਕ ਤਾਂ ਤੁਸੀਂ ਜ਼ਰੂਰ ਖਰੀਦਣੀ ਹੈ। ਇਹਦੀ MRP ਦੋਸਤੋ 300 ਰੁਪਏ ਹੈ। ਅਗਰ ਤੁਸੀਂ ਮਾਰਕੀਟ 'ਚੋਂ ਕਿਤੋਂ ਵੀ ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ, ਲੇਕਿਨ ਅਗਰ ਤੁਸੀਂ ਨੀਚੇ ਦਿੱਤੇ ਹੋਏ ਲਿੰਕ ਤੋਂ ਖਰੀਦਦੇ ਹੋ ਤਾਂ ਸਿਰਫ 240 ਰੁਪਏ ਦੇ ਵਿੱਚ ਇਹ ਕਿਤਾਬ ਤੁਹਾਨੂੰ ਮਿਲ ਜਾਵੇਗੀ ਅਤੇ ਹੋਮ ਡਿਲੀਵਰੀ ਹੈ, ਯਾਨੀ ਕਿ ਤੁਹਾਨੂੰ ਘਰ ਬੈਠੇ ਕਿਤਾਬ 240 ਰੁਪਏ ਦੇ ਵਿੱਚ ਮਿਲ ਜਾਵੇਗੀ। ਸੋ ਇਹ ਕਿਤਾਬ ਉਹਨਾਂ ਦੋਸਤਾਂ ਲਈ ਖਾਸ ਕਰਕੇ ਹੈ ਜੋ ਕਿ GK ਜਿਨ੍ਹਾਂ ਦੀ ਵੀਕ ਹੈ ਜਾਂ ਜਿਹੜੇ ਪੜ੍ਹਨਾ ਚਾਹੁੰਦੇ ਆ GK ਨੂੰ ਡਿਟੇਲ ਦੇ ਵਿੱਚ, ਕਿਉਂਕਿ ਕਾਫੀ ਵੱਡੀ ਕਿਤਾਬ ਹੈ, 1000 ਪੇਜਾਂ ਦੇ ਤਕਰੀਬਨ ਕਿਤਾਬ ਹੈ ਅਤੇ ਸਾਰੇ ਹੀ ਟੋਪਿਕ ਇੰਡੀਆ ਵਾਈਜ਼ ਸਾਰੇ ਕਵਰ ਕੀਤੇ ਹੋਏ ਆ ਕੰਪਲੀਟਲੀ ਡਿਟੇਲ ਦੇ ਵਿੱਚ। ਸੋ ਇਹ ਕਿਤਾਬ ਤਾਂ ਤੁਸੀਂ ਜ਼ਰੂਰ ਖਰੀਦਣੀ ਹੈ ਦੋਸਤੋ। ਇਸ ਤੋਂ ਬਾਅਦ ਦੋਸਤੋ ਚੱਲਦੇ ਹਾਂ ਆਪਣੀ ਅਗਲੀ ਬੁੱਕ ਦੇ ਉੱਤੇ। ਸੋ ਜੀ, ਸਾਡੀ ਦੂਜੀ ਬੁੱਕ ਜੋ ਤੁਸੀਂ ਖਰੀਦਣੀ ਹੈ ਉਹ ਹੈ ਜੀ ਪ੍ਰਤੀਯੋਗਿਤਾ ਦਰਪਣ ਏਅਰਬੁੱਕ 2019। ਸੋ ਇਹ ਏਅਰਬੁੱਕ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰਤੀਯੋਗਿਤਾ ਦਰਪਣ ਦੀ ਇੱਕ ਮੈਗਜ਼ੀਨ ਹੈ ਜੋ ਕਿ ਇੰਡੀਆ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਜਨਰਲ ਨੌਲੇਜ ਅਤੇ ਕਰੰਟ ਅਫੇਅਰਸ ਦੀ ਮੈਗਜ਼ੀਨ ਹੈ ਜੋ ਕਿ ਮਹੀਨੇ ਦੀ ਮਹੀਨੇ ਪਬਲਿਸ਼ ਹੁੰਦੀ ਹੈ। ਉਹਨਾਂ ਦੇ ਪਬਲਿਸ਼ਰਸ ਵੱਲੋਂ ਇਸ ਵਾਰ ਪ੍ਰਤੀਯੋਗਿਤਾ ਦਰਪਣ ਏਅਰਬੁੱਕ 2019 ਦੇ ਨਾਂ ਦੀ ਏਅਰਬੁੱਕ ਲਾਂਚ ਕੀਤੀ ਗਈ ਹੈ, ਜਿਸ 'ਚ ਕਿ ਸਾਰੇ ਸਾਲ ਦੀ UPSC PPSC ਅਤੇ ਇੱਥੋਂ ਤੱਕ ਕਿ ਜੋ ਵੀ ਤੁਸੀਂ ਡਿਫੀਕਲਟ ਤੋਂ ਡਿਫੀਕਲਟ ਐਗਜ਼ਾਮ ਦੇਣਾ ਉਹਦੇ ਕਰੰਟ ਅਫੇਅਰਸ ਉਸ ਲੈਵਲ ਦੇ ਤੁਹਾਨੂੰ ਮਿਲਣਗੇ। ਕੰਪਲੀਟ ਪੈਕੇਜ ਬਣਾਇਆ ਹੋਇਆ, ਸਾਰੀਆਂ ਸਰਕਾਰੀ ਸਕੀਮਾਂ ਜੋ ਕਿ ਸਰਕਾਰ ਨੇ ਪਿਛਲੇ ਸਾਲ ਦੇ ਦੌਰਾਨ ਲਾਂਚ ਕੀਤੀਆਂ ਨੇ ਜਾਂ ਕੋਈ ਵੀ ਕੰਮ ਜਿਹੜੇ ਚੱਲ ਰਹੇ ਨੇ ਜੋ ਕਿ ਔਖੇ ਤੋਂ ਔਖੇ ਪੇਪਰ ਦੇ ਵਿੱਚ ਜੋ ਵੀ GK ਪੁੱਛੀ ਜਾ ਸਕਦੀ ਉਹ ਇਸ ਬੁੱਕ ਦੇ ਵਿੱਚ ਕਵਰਡ ਹੈ। ਸੋ ਇਸ ਦੀ ਕੀਮਤ ਦੋਸਤੋ 250 ਰੁਪਏ ਹੈ, ਅਤੇ ਜੇ ਤੁਸੀਂ ਹੁਣੇ ਖਰੀਦਣਾ ਚਾਹੁੰਦੇ ਹੋ ਤਾਂ ਨੀਚੇ ਲਿੰਕ ਦਿੱਤਾ ਹੋਇਆ ਬੁੱਕ ਨੂੰ ਖਰੀਦਣ ਦਾ। ਸੋ ਇਸ ਨੂੰ ਤੁਸੀਂ ਖਰੀਦਣ ਲਈ ਵੀਡੀਓ ਦੇ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ ਅਤੇ ਕਿਤਾਬ ਤੁਹਾਨੂੰ ਹੋਮ ਡਿਲੀਵਰੀ ਤੁਹਾਡੇ ਹੋ ਜਾਵੇਗੀ ਫ੍ਰੀ ਦੇ ਵਿੱਚ। ਸੋ ਇਹ ਕਿਤਾਬ ਦੋਸਤੋ, ਪਹਿਲਾਂ ਜਿਵੇਂ ਮਨੋਰਮਾ ਏਅਰਬੁੱਕ ਦੱਸੀ ਹੈ ਉਹਦੇ ਨਾਲ ਨਾਲ ਤੁਸੀਂ ਇਹ ਕਿਤਾਬ ਵੀ ਜ਼ਰੂਰ ਖਰੀਦਣੀ ਹੈ ਤਾਂ ਕਿ ਤੁਹਾਡੀ ਜਿਹੜੀ ਹਾਈ ਲੈਵਲ ਪ੍ਰਿਪਰੇਸ਼ਨ ਆ ਹੋ ਸਕੇ। ਸੋ ਇੱਥੇ ਫਰਕ ਦੋਨਾਂ ਕਿਤਾਬਾਂ 'ਚ ਕੀ ਆ ਉਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੋ ਮਨੋਰਮਾ ਏਅਰਬੁੱਕ ਆ ਉਹ ਬੇਸਿਕ ਲੈਵਲ ਦੀ ਪ੍ਰਿਪਰੇਸ਼ਨ ਲਈ ਹੈ ਅਤੇ ਪ੍ਰਤੀਯੋਗਿਤਾ ਦਰਪਣ ਏਅਰਬੁੱਕ ਦੋਸਤੋ ਐਡਵਾਂਸ ਲੈਵਲ ਦੀ ਪ੍ਰਿਪਰੇਸ਼ਨ ਦੇ ਲਈ ਹੈ। ਸੋ ਜੀ, ਤੀਜੀ ਬੁੱਕ ਜੋ ਤੁਸੀਂ ਖਰੀਦਣੀ ਹੈ ਕਰੰਟ ਅਫੇਅਰਸ ਦੀ ਤਿਆਰੀ ਲਈ ਉਹ ਹੈ ਜੀ ਜਨਰਲ ਸਟੱਡੀਜ਼ 2019 ਬਾਏ ਮੇਡ ਈਜ਼ੀ ਪਬਲੀਕੇਸ਼ਨਸ। ਇਹ ਦੋਸਤੋ ਉਸ ਤੋਂ ਵੀ ਹਾਈ ਲੈਵਲ ਦੀ ਜਿਹੜੀ ਤਿਆਰੀ ਆ ਜਾਂਦੀ ਹੈ ਉਹ ਤੁਹਾਨੂੰ ਇਸ ਬੁੱਕ ਦੇ ਵਿੱਚ ਮਿਲੇਗੀ। ਸੋ ਮੇਡ ਈਜ਼ੀ ਪਬਲੀਕੇਸ਼ਨ ਜਿਵੇਂ ਤੁਸੀਂ ਜਾਣਦੇ ਹੋ ਦਿੱਲੀ ਸਥਿਤ ਇੱਕ ਬਹੁਤ ਹੀ ਚੰਗੀ ਜਿਹੜੀ ਪਬਲੀਕੇਸ਼ਨ ਹੈ, ਇਹਨਾਂ ਦੀ ਕਿਤਾਬਾਂ ਭਾਰਤ ਦੇ ਇਤਿਹਾਸ ਅਤੇ ਭੂਗੋਲ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ। ਜਿਵੇਂ ਕਿ ਪਿਛਲੀਆਂ ਦੋ ਕਿਤਾਬਾਂ ਦੇ ਵਿੱਚ ਤੁਹਾਨੂੰ ਸਿਰਫ ਕਰੰਟ ਅਫੇਅਰਸ ਦੀ ਜਾਣਕਾਰੀ, GK ਦੀ ਜਾਣਕਾਰੀ ਮਿਲੀ ਸੀ, ਇਹਦੇ 'ਚ ਜਿਹੜੇ ਦੂਸਰੇ ਟੋਪਿਕਸ ਆ ਜਾਂਦੇ ਨੇ ਜਨਰਲ ਸਟੱਡੀਜ਼ ਦੇ ਉਹਦੀ ਤਿਆਰੀ ਵੀ ਤੁਸੀਂ ਕਰ ਸਕਦੇ ਹੋ। ਭਾਰਤ ਦਾ ਸੰਵਿਧਾਨ ਹੋ ਗਿਆ, ਭਾਰਤ ਦਾ ਅਰਥ ਸ਼ਾਸਤਰ ਹੋ ਗਿਆ, ਇਸ ਦੇ ਨਾਲ ਨਾਲ ਹੀ ਪਿਛਲੇ ਸਾਲਾਂ 'ਚ ਪੁੱਛੇ ਗਏ ਸਾਰੇ ਸਵਾਲ ਜੋ ਕਿ ਪੇਪਰਾਂ ਦੇ ਵਿੱਚ ਮੇਨ ਪੇਪਰਾਂ ਦੇ ਵਿੱਚ ਇੰਡੀਆ ਲੈਵਲ ਦੇ ਵਿੱਚ ਪੁੱਛੇ ਗਏ ਨੇ ਫੁੱਲੀ ਸੋਲਵਡ ਤੁਹਾਨੂੰ ਇਸ ਕਿਤਾਬ ਦੇ ਵਿੱਚ ਮਿਲ ਜਾਣਗੇ। ਸੋ ਇਸ ਕਿਤਾਬ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਫੁੱਲੀ ਸੋਲਵਡ 'ਚ ਸਾਰਾ ਕੁਝ ਹੈ ਤਾਂ ਕਿ ਤੁਹਾਡੀ ਵਧੀਆ ਤਿਆਰੀ ਹੋ ਸਕੇ। ਸੋ MRP ਇਸਦੀ 700 ਰੁਪਏ ਹੈ ਜੀ। ਅਗਰ ਤੁਸੀਂ ਦੁਕਾਨ ਤੋਂ ਖਰੀਦਣਾ ਚਾਹੁੰਦੇ ਹੋ ਦੁਕਾਨ ਤੋਂ ਖਰੀਦ ਸਕਦੇ ਹੋ, ਲੇਕਿਨ ਅਗਰ ਤੁਸੀਂ ਨੀਚੇ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰਕੇ ਇਸ ਕਿਤਾਬ ਨੂੰ ਖਰੀਦਦੇ ਹੋ, ਨੀਚੇ ਖਰੀਦਣ ਨੂੰ ਲਿੰਕ ਦਿੱਤਾ ਹੋਇਆ, ਤਾਂ ਸਿਰਫ 430 ਰੁਪਏ 'ਚ ਇਹ ਕਿਤਾਬ ਤੁਹਾਨੂੰ ਮਿਲ ਜਾਏਗੀ ਜੋ ਕਿ ਬਹੁਤ ਵਧੀਆ ਇੱਕ ਡੀਲ ਹੈ ਤੁਹਾਡੇ ਲਈ। ਅਤੇ ਮੇਰਾ ਮੰਨਣਾ ਹੈ ਕਿ ਅਗਰ ਕਰੰਟ ਅਫੇਅਰਸ ਦੇ ਨਾਲ ਨਾਲ ਤੁਸੀਂ ਜਨਰਲ ਸਟੱਡੀਜ਼ ਦੇ ਟੋਪਿਕ ਯਾਨੀ ਕਿ ਸੋਸ਼ਲ ਸਟੱਡੀਜ਼ ਹੋ ਗਏ,
ਇੰਡੀਆ ਦੇ ਬਾਰੇ ਆਮ ਜਾਣਕਾਰੀ ਹੋ ਗਈ, ਜੀਓਗ੍ਰਾਫੀ ਹੋ ਗਈ, ਹਿਸਟਰੀ ਹੋ ਗਈ, ਉਹਦੇ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਕਿਤਾਬ ਨੂੰ ਤੁਹਾਨੂੰ ਜ਼ਰੂਰ ਖਰੀਦਣਾ ਚਾਹੀਦਾ। ਸੋ ਖਰੀਦਣ ਦਾ ਲਿੰਕ ਨੀਚੇ ਦਿੱਤਾ ਹੋਇਆ, ਉੱਥੇ ਕਲਿੱਕ ਕਰਕੇ ਤੁਸੀਂ ਇਸ ਕਿਤਾਬ ਨੂੰ ਖਰੀਦ ਸਕਦੇ ਹੋ। ਸੋ ਹੁਣ ਤੱਕ ਜੀ ਆਪਾਂ ਪੜ੍ਹਾਈ ਤਾਂ ਸਾਰੀਆਂ ਦੀ ਕਰ ਲਈ, ਸਾਰੇ ਟੌਪਿਕਸ ਆਪਣੇ ਕਵਰ ਹੋ ਗਏ, ਬਟ ਹੁਣ ਆ ਗਈ ਗੱਲ ਕਿ ਸਵਾਲ ਆਪਣਾ ਇੱਕ ਟੈਸਟ ਵੀ ਆਪਾਂ ਦੇਣਾ ਹੈ। ਉਹ ਟੈਸਟ ਆਪਾਂ ਕਿਹੜੀ ਕਿਤਾਬ 'ਚੋਂ ਦੇਣਾ ਹੈ, ਉਸਦੇ ਰਿਗਾਰਡਿੰਗ ਸਾਡੀ ਚੌਥੀ ਕਿਤਾਬ ਹੈ ਜੀ, 10,000 ਪਲੱਸ ਐਮ ਸੀ ਕਿਊਜ਼ ਫੋਰ ਜਨਰਲ ਸਟੱਡੀਜ਼, ਜੋ ਕਿ ਪਬਲਿਸ਼ ਕੀਤੀ ਹੈ ਦਿਸ਼ਾ ਪਬਲੀਕੇਸ਼ਨਸ ਦੀ। ਇਸ ਦੇ ਵਿੱਚ ਤੁਹਾਨੂੰ ਮਿਲਣਗੇ ਸਾਰੇ ਟੌਪਿਕਸ 'ਤੇ ਆਧਾਰਿਤ ਸਵਾਲ, ਜੋ ਕਿ ਤੁਸੀਂ ਪਿਛਲੀਆਂ ਤਿੰਨ ਬੁੱਕਸ ਦੇ ਵਿੱਚ ਕਵਰ ਕੀਤੇ ਨੇ, ਫੁੱਲੀ ਸੋਲਵਡ। ਇਹਦੇ ਵਿੱਚ ਸਾਰੇ ਐਮ ਸੀ ਕਿਊ ਹੋਣਗੇ, ਪਿਛਲੇ ਪੇਪਰਾਂ ਦੇ ਵਿੱਚ ਜਿਹੜੇ ਪੁੱਛੇ ਹੋਏ ਸਵਾਲ ਨੇ ਉਹ ਇਹਦੇ ਵਿੱਚ ਕਵਰ ਨੇ। ਇਸ ਤੋਂ ਇਲਾਵਾ ਦੋਸਤੋ, ਨੈਸ਼ਨਲ ਅਤੇ ਸਟੇਟ ਲੈਵਲ ਦੇ ਹਰ ਪੇਪਰ ਲਈ ਤੁਹਾਨੂੰ ਸਵਾਲਾਂ ਦੀ ਪੂਰੀ ਪ੍ਰੈਕਟਿਸ ਜਿਹੜੀ ਹੈ ਇਸ ਬੁੱਕ ਦੇ ਵਿੱਚ ਮਿਲ ਜਾਵੇਗੀ। ਸੋ ਇਹ ਕਿਤਾਬ ਤਾਂ ਤੁਸੀਂ ਖਰੀਦਣੀ ਹੀ ਖਰੀਦਣੀ ਹੈ ਜੀ। ਇਸ ਕਿਤਾਬ ਦੀ ਦੋਸਤੋ ਐਮ ਆਰ ਪੀ ਜਿਹੜੀ ਹੈ 825 ਰੁਪਏ ਹੈ। ਸੋ ਤੁਸੀਂ 825 ਰੁਪਏ 'ਚ ਕਿਸੇ ਵੀ ਬੁੱਕ ਡਿਪੂ ਬੁੱਕ ਸ਼ਾਪ ਤੋਂ ਖਰੀਦ ਸਕਦੇ ਹੋ, ਲੇਕਿਨ ਅਗਰ ਤੁਸੀਂ ਔਨਲਾਈਨ ਹੁਣੇ ਖਰੀਦਦੇ ਹੋ ਨੀਚੇ ਦਿੱਤੇ ਹੋਏ ਲਿੰਕ ਤੋਂ, ਤਾਂ ਤੁਹਾਨੂੰ 470 ਰੁਪਏ ਦੇ ਵਿੱਚ ਇਹ ਕਿਤਾਬ ਮਿਲ ਜਾਵੇਗੀ। ਸੋ ਮੇਰਾ ਮੰਨਣਾ ਦੋਸਤੋ, ਤੁਸੀਂ ਨੀਚੇ ਚਾਰੇ ਲਿੰਕ ਦਿੱਤੇ ਹੋਏ ਨੇ, ਚਾਰੇ ਕਿਤਾਬਾਂ ਖਰੀਦੋ ਤਾਂ ਕਿ ਤੁਹਾਡੀ ਕੰਪਲੀਟ ਜਰਨਲ ਨੌਲੇਜ ਦੀ, ਜਰਨਲ ਅਵੇਅਰਨੈਸ ਦੀ, ਜਰਨਲ ਸਟੱਡੀਜ਼ ਦੀ, ਸਾਰੇ ਪੇਪਰਾਂ ਦੀ, ਨੈਸ਼ਨਲ ਅਤੇ ਸਟੇਟ ਲੈਵਲ ਦੀ ਤਿਆਰੀ ਹੋ ਜਾਵੇ। ਅਤੇ ਚੌਥੀ ਕਿਤਾਬ ਜਿਹੜੀ ਹੈ ਉਹ ਤੁਹਾਡੇ ਲਈ ਇੱਕ ਵਰਦਾਨ ਸਾਬਿਤ ਹੋਣ ਵਾਲੀ ਹੈ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਉਹ ਕੁਐਸਚਨ ਸੋਲਵ ਕਰਨਾ ਹੁੰਦਾ, ਅਤੇ ਇਹ 'ਚ ਬਹੁਤ ਜ਼ਿਆਦਾ ਕੁਐਸਚਨਸ ਦਿੱਤੇ ਹੋਏ ਨੇ। ਸੋ ਸਭ ਤੋਂ ਇੰਪੋਰਟੈਂਟ ਹੈ ਕਿ ਤੁਸੀਂ ਇਹ ਕਿਤਾਬ ਖਰੀਦਣੀ ਹੀ ਖਰੀਦਣੀ ਹੈ। ਅਗਰ ਤੁਹਾਡੇ ਕੋਲ ਆਲਰੇਡੀ ਕੋਈ ਕਿਤਾਬ ਹੈਗੀ ਵੀ ਹੈ ਤਾਂ ਵੀ ਇਹ ਚੌਥੇ ਨੰਬਰ ਵਾਲੀ ਕਿਤਾਬ ਤੁਸੀਂ ਲੈਣੀ ਹੀ ਲੈਣੀ ਹੈ। ਸੋ ਜੀ, ਇਹ ਸੀ ਕੁਝ ਕਿਤਾਬਾਂ ਪੇਪਰ ਦੀ ਤਿਆਰੀ ਲਈ, ਨੈਸ਼ਨਲ ਅਤੇ ਸਟੇਟ ਲੈਵਲ ਦੇ ਲਈ। ਸੋ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਕਰੰਟ ਅਫੇਅਰਸ ਅਤੇ ਜਰਨਲ ਅਵੇਅਰਨੈਸ ਦੀ ਤਿਆਰੀ ਪੰਜਾਬੀ ਦੇ ਵਿੱਚ ਦੋਸਤੋ ਇਸ ਚੈਨਲ 'ਤੇ ਅਸੀਂ ਲਗਾਤਾਰ ਕਰਵਾਉਂਦੇ ਰਹਿੰਦੇ ਹਾਂ। ਤੁਹਾਨੂੰ ਲੇਟੈਸਟ ਵੀਡੀਓ ਹਰ ਟੌਪਿਕ 'ਤੇ ਇਸ ਚੈਨਲ 'ਤੇ ਮਿਲਦੀਆਂ ਰਹਿਣਗੀਆਂ। ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਅਗਰ ਵੀਡੀਓ ਪਸੰਦ ਆਈ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਫਰੈਂਡਸ ਇਸ ਚੀਜ਼ ਦਾ ਲਾਹਾ ਲੈ ਸਕਣ। ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ।